ਖੇਪੜੀ ਮਹੱਲਾ ਤੇ ਫਲਵਾਲਾ ਖੇਡ ਮੇਲੇ ਕਦੇ ਕਪੂਰਥਲੇ ਦੀਆਂ ਗੱਲਾਂ ਹੁੰਦੀਆਂ, ਇੱਕ ਫੋੜ ਕਦੇ ਆਦਮਪੁਰ ਦੇ ਖੇਡ ਮੇਲੇ ਤੋਂ, ਇੱਕ ਜ਼ਿਲ੍ਹੇ ਮਹਾਂ ਕਦੇ ਮਲੇਰਕੋਟਲੇ ਦੇ ਮੋਹਣੀ ਪਿੰਡ ਉਈ ਨਾ ਲੈ ਜੀ ਕਾਲੂ, ਉਈ ਨਾ ਲੈ ਜੀ ਕਾਲੂ। ਚਲਾਈ ਨੀ ਅਜੇ ਅਗਲੇ ਮੈਚ ਦੇ ਵਿੱਚ ਤੇ ਕਮਾਲਪੁਰ ਦੀ ਬੈਟਿੰਗ ਹੋਣੀ ਆ। ਖੱਡਾ ਖੜਕਣ ਪੰਜੀ ਮਾਰ ਥੱਲੇ ਬੱਲੇ ਬੱਲੇ ਜਾਦੂਗਰ ਜਾਦੂਗਰ ਜਾਦੂਗਰੀਆਂ ਕਰ ਲੈ ਜਾਦੂਗਰ ਜਾਦੂਗਰੀਆਂ ਕਰ ਲੈ ਕਿੰਨੇ ਬਣ ਗਏ ਸਕੋਰ? ਅੱਠ ਅੱਠ ਬਿਨਾਂ ਪ੍ਰੋਟੈਕਸ਼ਨ ਨਾ ਖੇਡਿਆ ਕਰੀਏ ਕਿਉਂਕਿ ਠੰਡ ਪਹਿਲਾਂ ਹੀ ਬਹੁਤ ਜ਼ਿਆਦਾ ਆ ਯਾਰ। ਜ਼ਰੂਰ ਆਪਾਂ ਵੀਰੇ ਪ੍ਰੋਟੈਕਸ਼ਨ ਪਾ ਕੇ ਖੇਡਿਆ ਕਰੀਏ ਅਣਗਹਿਲੀ ਨਾ ਕਰਿਆ ਕਰੀਏ। ਲੈ ਲਈ ਆਖਰੀ ਟੂਰਨਾਮੈਂਟਾਂ ਦੇ ਆਪਾਂ ਕਹਿੰਦੇ ਰਹਿੰਦੇ ਨੇ ਵੀ ਜੋਗਿਆ ਜੀ ਠੀਕ ਆ ਜੀ ਠੀਕ ਆ ਆਪਦੀ ਬਾਹਰ ਆ ਜੀ ਇਕੱਠ ਨਾ ਕਰੀਏ ਠੀਕ ਆ ਜੀ ਕੋਈ ਗੱਲ ਨਹੀਂ ਕਿਹੜਾ ਗਿਆ ਬਾਹਰ ਆ ਜੀਏ ਬਾਹਰ ਆ ਜਾਈਏ ਮੇਰੀ ਬੇਨਤੀ ਹੈ ਸਟੇਜ ਤੇ ਆ ਜਾਣਾ, ਉਹਨਾਂ ਦਾ ਸਨਮਾਨ ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਣਾ ਹੈ। ਹਾਂ ਤੁਹਾਡੇ ਥੈਂਕ ਯੂ ਅਰਸ਼ ਵੀਰੇ ਥੈਂਕ ਯੂ।
ਜਿਹੜਾ ਵੱਡੇ ਪੱਧਰ ਤੇ ਪ੍ਰਬੰਧਕ ਜੀ ਨਾਲ ਕੀਤਾ ਜਾ ਰਿਹਾ ਬਹੁਤ ਵੱਡਾ ਜੋਰਦਾਰ ਇਹਦੇ ਮੇਲੇ ਲਈ ਪਿਆ ਹੈ ਆ ਕਾਕੇ ਵਾਲਾ ਪਿਆ ਕੋਈ ਨਹੀਂ ਆਲਾ ਆਹੀ ਲੈ ਲਾ ਕੋਈ ਗੱਲ ਨੀ ਕਾਕੇ ਦਾ ਹਾਂ ਇਹ ਪਹਿਲਾਂ ਹੀ ਪਾ ਲਿਆ ਕਰੀਏ ਆਪਾਂ ਵੀਰ ਬਣ ਕੇ ਇਹਦਾ ਪਾ ਕੇ ਖੇਡਦਾ ਅੱਗੇ ਵੀ ਗਾੜਦਾ ਯਾਰ ਹੈ ਉਹੀ ਤਾਂ ਗੱਲ ਆ ਪੱਕੀ ਦੇ ਬੈਣਾ ਉਹ ਲਾ ਲੈਂਦਾ ਉਹ ਯਾਰ ਨਾਮ ਹੀ ਹੋਵੇ ਪੱਕੀ ਕੱਚੀ ਦਾ ਮੈਟਰ ਹੀ ਨੀ ਹੈਗੀ ਇਹਦਾ ਬੈਟ ਸਾਡੇ ਚ ਲੱਗ ਕੇ ਲੱਗਦੀ ਹੈ ਬੱਲੇ ਦੇ ਲੱਗ ਕੇ ਲੱਗ ਜਾਂਦੀ ਹੈ ਕਈ ਵਾਰੀ ਤਾਇਆ ਜੀ ਇਹ ਵੀ ਮੋਟਰਸਾਈਕਲ ਦੇਣਗੇ ਮੈਨੂੰ ਆਉਣ ਵਾਲੇ ਸਮੇਂ ਦੀ ਤੁਸੀਂ ਚਰਚੇ ਫਟੇ ਆ ਖਾਣਾ ਪਾਉਣ ਲਈ ਫਿਰ ਦੇਖਦੇ ਮੈਦਾਨ ਅੰਦਰ ਮਿਲਦੇ ਹੋ ਸੁੱਖੀ ਪਿਆਰ ਰਵੀ ਮਣੀ ਫਾਰੋ ਤਿਆਰੀ ਰੋਟੀਆਂ ਦੀਆਂ ਵੀ ਲਾਈਵ ਵੇਖਦੇ ਆ ਸੱਜੀ ਬਾਲ ਤੇ ਸਾਈਡ ਵਾਈਡ ਸਾਈਡ ਵਾਈਡ ਬਾਲ ਮੇਰੀ ਵੀ ਹੋ ਚੁੱਕੀ ਹੈ ਵਾਈਡ ਬਾਲ ਆਪਣੀ ਜਿਹੜੀ ਹੋ ਚੁੱਕੀ ਹੈ ਉਹਨਾਂ ਕਹਿੰਦੇ ਭਾਸਰੇ ਵਾਲਾ ਬਾਲਾਂ ਪਾ ਰਿਹਾ ਹੈ ਲੈ ਭਾਸਰੇ ਵਾਲਿਆ ਆਓ ਓਵਰ ਦੇ ਵਿੱਚ ਦੋਹਾਂ ਵਿੱਚ ਇੱਕ ਨੂੰ ਤੇ ਮੋੜਨਾ ਲੈਣਾ ਹੈ ਹਾਂ ਹਾਂ ਦੋ ਕੁਆਟਰ ਇੱਕ ਸੈਮੀ ਪਾਉਂਦਾ ਚੌਕੇ ਦਵਾ ਡੌੜ ਸੀਗੀ ਕਿੱਥੇ ਤੁੱਕਾ ਜੀ ਗੁਰੀ ਗੁਰੀ ਓਏ ਨੋ ਤੋਂ ਪਹਿਲਾਂ ਉਰੇ ਦੁੱਕਾ ਸੀਗਾ ਦੁੱਕਾ ਸੀਗਾ ਬਾਈ ਹੋ ਗਏ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੀ ਬਣਦੇ ਫਿਰ ਤਾਂ ਓਏ ਬਾਈ ਹੋ ਗਏ ਇੱਕ ਬੈਡ ਹੋ ਗਈ ਇੱਕ ਬੈਡ ਬੈਡ ਕਾਇਆ ਜੀ ਕਿੰਨੇ ਹੋਏ ਆ ਫਿਰ ਇੱਕ ਦੋ ਮਗਰ ਇੱਕ ਨੋ ਤੇ ਸਿੰਗਲ
ਬਾਈ ਬਣਦੇ ਆ, ਇੱਕੀ ਬਣਦੇ ਆ, ਉਹਦੇ ਵੀ ਇੱਕੀ ਕਹਿੰਦੇ ਚਾਰ ਬੈਡ ਇੱਕੀ ਬੈਡਾਂ ਦੋ ਨੀ ਆਈਆਂ, ਫਿਰ ਬਾਈ ਹੋ ਗਏ ਬੈਡਾਂ ਦਾ ਬੋਲਣ ਸਾਰਾ ਲਾ ਦੀ ਛੱਕਾ ਸਹੀ ਗੱਲ ਆ ਸਕਦਾ ਢੀਂਡ ਸਾ ਰਾਵਣ ਰਾਵਣ ਕਰੀ ਜਾਂਦਾ ਦੁਸਹਿਰਾ ਰਾਵਣ ਰਾਵਣ ਪੁੱਛ ਕੇ ਕਰਕੇ ਖਾਈ ਖੁਰਦਾਰਾ
ਮਨੀ ਪਰਚ ਦਾ ਗੜ ਪਾ ਗਈ ਯਾਰ ਗੱਡੀ ਚ ਰੱਖੋ ਤੁਸੀਂ ਆਪਦੇ ਕੋਲੇ ਇੱਕ ਇੱਕ ਐਕਸਟਰਾ ਰੱਖ ਲੋ ਵਾਲਾ ਕਰਨਾ ਇੱਕ ਗੱਡੀ ਚ ਪੱਕਾ ਹੀ ਪਿਆ ਰਹਿਣ ਦੋ ਇਹਦਾ ਐ ਹੁੰਦਾ ਕਈ ਵਾਰੀ ਪੈਸੇ ਵੀ ਚੱਲ ਉਹਨੇ ਤਾਂ ਲੱਗ ਗਈ ਪੈਸੇ ਵੀ ਅੱਜ ਉੱਚੇ ਲੱਗ ਕੇ ਵੀ ਲੱਗ ਸਕਦੀ ਹੈ ਹੋਰ ਹੁਣ ਇਹੋ ਜਿਹਾ ਰਿਸਕ ਨਾ ਲਿਆ ਕਰੋ ਕੋਈ ਬਾਤ ਕੋਈ ਬਾਤ ਪਾ ਦੀ ਉਹ ਮਾਨਾ ਅੱਜ ਆਇਆ ਵਿਆਹ ਅੱਜ ਆਇਆ ਅੱਜ ਕੱਲ ਸੀ ਕਿ ਅੱਜ ਵਾਈਡ ਆ ਵਾਈਡ ਅੜਤਾਲੀ ਹੈ ਨਾ ਅੜਤਾਲੀ ਅੜਤਾਲੀ 48 ਬਣ ਗਏ ਅੜਤਾਲੀ ਬਣ ਗਏ ਜ਼ਿੰਮੇਵਾਰੀ ਤੇਰੇ ਤੇ ਆ ਸਾਰੀਆਂ ਗੱਲਾਂ ਤੇਰੇ ਤੇ ਕਹਿੰਦੇ ਮਾਰੇ ਵਾਲਾ ਕਰਦੇ ਨੂੰ ਗੁਰੂ ਮੰਨਦਾ ਕਰਦੇ ਆ ਵਿੱਕੀ ਕੋਚ ਨੇ ਮੇਰੇ ਵੀਰੋ ਕਹੀਏ ਜੀ ਮੈਚ ਸ਼ੁਰੂਆਤ ਪਿੰਦਾ ਪਿੰਦਾ ਇਹ ਬੋਲਰ ਕੀ ਹਾਲ ਆ ਯਾਰ ਵਧੀਆ ਵਧੀਆ ਹੋਰ ਸੁਣਾ ਦੀ ਠੀਕ ਆ ਹੁਣ ਕਿਵੇਂ ਆ ਸਿਹਤ ਹਾਂ ਹਾਂ ਟੂਰਨਾਮੈਂਟ ਤੋਂ ਯਾਰ ਕੀ ਹੋ ਗਿਆ ਕਿਉਂ ਹੋਈ ਜੀ ਸੱਟ ਹਜੇ ਨਹੀਂ ਜਮਾ ਨੀ ਫਰਕ ਪਿਆ
ਇੱਧਰ ਅਸਲ ਚ ਹੈ ਹੀ ਨਹੀਂ ਯਾਰ, ਇੱਧਰ ਇਲਾਜ ਨਹੀਂ, ਕਾਹਨੂੰ ਬਾਹਰਲੇ ਮੁਲਕਾਂ ਚ ਕਾਹਨੂੰ ਇਹਦਾ, ਇੰਡੀਆ ਦੀ ਇਲਾਜ ਔਖਾ ਹੁੰਦਾ ਯਾਰ ਇਹਦਾ ਕੰਮ। ਬਸ ਕੋਈ ਨੀ, ਮੈਂ ਪਤਾ ਕੀ ਚੱਕਰ ਆ ਯਾਰ, ਅੱਜ ਨਾ ਰਿਸ਼ਤੇਦਾਰੀ ਚ ਫੰਕਸ਼ਨ ਵੀ ਆ, ਜਾ ਕੇ ਜਾਣਾ, ਅੱਜ ਤਾਂ ਮੁਸ਼ਕਿਲ ਆ, ਕੱਲ ਨੂੰ ਕਰੂੰਗਾ ਮੈਂ। ਹਾਂ ਹਾਂ, ਅੱਜ ਤਾਂ ਕਿਉਂਕਿ ਆਇਆ ਮੈਂ ਉਰੇ ਵੀ, ਹੁਣ ਲਾਈਵ ਤੇ ਵੀ ਮੁੰਡਾ ਬਿਠਾ ਕੇ ਜਾਊਂਗਾ ਦੋ ਮੈਚਾਂ ਵਾਸਤੇ, ਪਤਾ ਕੀ ਗੱਲ ਆ, ਕਿਉਂਕਿ ਆਇਆ ਮੈਂ ਯਾਰ ਜਾ ਕੇ ਜਾਣਾ ਸੀ ਫੰਕਸ਼ਨ ਜ਼ਰੂਰੀ, ਕੱਲ ਨੂੰ ਘਰੇ ਹੀ ਆ ਮੈਂ, ਕੋਈ ਚੱਕਰ ਨੀ, ਕੱਲ ਨੂੰ ਕਰੂੰਗਾ ਫੋਨ, ਠੀਕ ਆ। ਆਪਣਾ ਰਾਮਪੁਰ ਛੰਨਾ ਚੱਲਦਾ ਵੀਰੇ, ਇੱਧਰ ਬਾਗੜੀਆਂ ਦੇ ਕੋਲੇ, ਅਮਰਗੜ੍ਹ ਦੇ ਕੋਲੇ, ਹਾਂ ਲਾਸਟ ਦਲਵੀਰ ਹੋਣੀ ਖੇਡਦੇ ਆ, ਦੋ ਦੀ ਟੀਮ ਆ ਪਿੰਡ ਦੀ, ਬਸ ਠੀਕ ਆ, ਕੋਈ ਗੱਲ ਨੀ, ਮੈਂ ਉਹਨੂੰ ਕਹਿਣਾ ਕੋਈ ਗੱਲ ਨੀ, ਉਧਰ ਬੈਠੇ ਨੇ ਉਹ, ਖਾਦੀ ਦੂਰ ਬੈਠੇ ਨੇ ਗੇਟ ਵਾਲੇ ਪਾਸੇ, ਚਾਹ ਮੈਂ ਫੋਨ ਕਰਦਾ ਉਹਨਾਂ, ਕੋਈ ਚੱਕਰ ਨੀ, ਠੀਕ ਆ, ਓਕੇ ਸਰ, ਓਕੇ ਓਕੇ ਯਾਰ, ਓਕੇ ਓਕੇ, 58 59 ਦਾ 58 ਬਣ ਗਏ, ਨਰਪਿੰਦਰ ਇੰਗਲੈਂਡ ਆਪਣਾ ਸਨਮਾਨ ਪ੍ਰਾਪਤ ਕਰਨ, ਸਾਡਾ ਵੀਰ ਵਧੇ ਹੀ ਹੋ ਜਾਣਾ ਇੱਥੇ ਮੇਲੇ ਹੈਲੋ, ਕਿੱਥੇ ਆ ਕਿੰਗ? ਓਏ ਉਹ ਜਸ਼ਨ ਨੂੰ ਫੋਨ ਕਰਦਾ ਮਾੜਾ ਜਿਹਾ, ਉਹਦਾ ਫੋਨ ਆਇਆ ਤੂੰ ਕਿਹੜਾ ਕਰੀ ਆ ਮੈਚ, ਹਾਂ ਕਰ ਚੰਗਾ, ਇਮਾਨਦਾਰੀ ਨਾਲ ਆਪੇ ਲੈ ਤੁਸੀਂ ਯਾਰ ਮਜ਼ਾਕ ਕੋਈ ਨੀ, ਫਿਰ ਹੁਣ ਫਿਰ ਤੂੰ ਸਾਈਡ ਸੂਟ ਸੌਂਗ ਸੁਣ ਜਾ ਕੇ, ਬਾਈ ਜੀ ਅਸੀਂ ਯਾਰ ਫਿਰ ਮੈਚ ਹੀ ਬੰਦ ਕਰ ਦਿੰਦੇ ਜੇ ਤੁਸੀਂ ਲਾਈਵ ਵਾਲੇ ਕੋਲ ਨਹੀਂ ਇੱਧਰ ਉੱਧਰ ਹੋਣਾ, ਪਤਾ ਨੀ ਕੀ ਚਿੱਤਰ ਆ ਯਾਰ, ਉੱਥੇ ਗੱਲਾਂ ਮਾਰੀ ਜਾਂਦੇ ਨੇ ਫਿਰ ਯਾਰ, ਦੀਪ ਕਹਿ ਰਿਹਾ ਕਰੋ ਭਰਾ ਬਣ ਕੇ ਯਾਰ, ਵੀਰੇ ਉਹੀ ਬੈਠੇ ਨੇ ਚਾਰ ਬੰਦੇ ਸਕੋਰਿੰਗ ਵਾਲੇ ਹੀ ਆ, ਤਾਂ ਹੋਰ ਨੀ ਬੰਦਾ ਹੈਗਾ ਕੋਈ, ਬਾਜੀ ਉੱਧਰ ਹੀ ਉਹਦੇ ਹੋ ਜਾ ਪੁੱਤ, ਉਹਦੇ ਹੋ ਜਾ, ਕੱਢੇ
ਸਭ ਤੋਂ ਪੁਰਾਣਾ ਤੇ ਤੂੰ ਇਲਾਕੇ ਚ ਖਾਣਾ ਟੋਟਾ ਹੈ ਮਨੀ ਕਹਿੰਦਾ ਕੋਈ ਗੱਲ ਨੀ ਏਦਾਂ ਦੀ ਗੱਲ ਤਾਂ ਪਰ ਰੌਲਾ ਨੀ ਪਾਉਂਦੇ ਮਨੀ ਆਇਆ ਹੋਇਆ ਕੋਈ ਚੱਕਰ ਨੀ ਸ਼ੇਪੂਰੀ ਵਾਲਿਆ ਹੁਣ ਗੱਲ ਤੇਰੇ ਤੇ ਹੈ ਸ਼ਕਤੀਮਾਨ ਤੇ ਟਾਈਮ ਨਾਲ ਵੇਲਾ ਕਰਦਾ ਅਗਲਿਆਂ ਨੇ ਮਾਝੀ ਤੇ ਮਤੋਈ ਬਾਈ ਦੇ ਵਿਚ ਨੇ ਵੀਰੇ ਰਸੂਲਪੁਰ ਚ ਪਹਿਲਾ ਮੈਚ ਵੀਰੇ ਸੁੱਖੀ ਗਵਾਮ ਦੇ ਆਸ਼ੂ ਖੇਡੇ ਸੀ ਹੁਣ ਸ਼ਾਇਦ ਆਹ ਮੈਚ ਸੈਮੀ ਕੋਰਟ ਦੇ ਨਾਂ ਤੇ ਆਸ਼ੂ ਕੋਠੇ ਪੂਰੇ ਖੇਡਣਗੇ ਬਾਰਾਂ ਮੈਚ ਤੋਂ ਬਾਅਦ ਪਰਚੇ ਤਿਆਰ ਕਰ ਲਈ ਜਿਹੜੇ ਭਰਾ ਨੇ ਓਵਰ ਕਰਨਾ ਜਲਦੀ ਓਵਰ ਪਾਈ ਫਿਰ ਦੇ ਬਰਾਮਦ ਵਿਚ ਮੇਰੇ ਵੀ ਲੋਕ ਕਹਿੰਦੇ ਓਵਰ ਕਰਨ ਦੇ ਲਈ ਤਿਆਰ ਪਰ ਤਿਆਰ ਹੈ ਸਾਹਮਣੇ ਕਹਿੰਦੇ ਕਾਕਾ ਇਹ ਕਹਿੰਦੇ ਸ਼ੇਪੂਰੀ ਦੀ ਧਰਤੀ ਦਾ ਆਹ ਫਗਵਾੜੇ ਇਲਾਕੇ ਦਾ ਕੱਪੂ ਨੂੰ ਥਰੇ ਲਾ ਕੇ ਨਾ ਭਲੇ ਰਹੇ ਮੇਰੇ ਵੀਰ ਆਪ ਚੱਟੇ ਕਹਿੰਦੇ ਵੱਡੇ ਹੁੰਦੇ ਹੈ ਔਰ ਮੈਂ ਸ਼ੁਰੂ ਕਰੀਏ ਵੀਡੀਓ ਜਲਦੀ ਨਾਲ ਲੈਣਾ ਤਾਂ ਸੰਡੇ ਹੀ ਪੈਣਾ ਜੀ ਬੱਚੇ ਹੁਣ ਕੱਲ੍ਹ ਮੈਨੂੰ ਕਮੈਂਟਰੀ ਹੋਈ 2 ਵਜੇ ਤੱਕ ਚੱਲ ਅਗਲਾ ਰਹਿ ਜਾਂਦਾ ਟੂਰਨਾਮੈਂਟ ਕਰਾਏਗਾ ਕੀ ਭਾ ਕਮੈਂਟਰੀ ਨਾ ਹੋਈ ਹੈਨਾ ਇਹ ਚੀਜ਼ ਵੀ ਹੈ ਸਾਰਾ ਕੁਛ ਯਾਰ ਦੇਖਣਾ ਸਾਹਮਣੇ ਮਣੀ ਮੇਰੇ ਵੀਰ ਬਾਲ ਪਾਉਣ ਲਈ ਕਹਿੰਦੇ ਮੁੰਡਾ ਬਣ ਗਿਆ ਔਰ ਕਾਕਾ ਕਹਿੰਦੇ ਸ਼ੇਪੂਰੀ ਵਾਲਾ ਔਰ ਟਰਾਈ ਕਰ ਰਹੇ ਨਾਲ ਕਹਿੰਦੇ ਸਿੰਗਲ ਹੈ ਜੇ ਆ ਉਪਰ ਵੀ ਡਾਟ ਲਾ ਗਿਆ ਨਾ ਔਖਾ ਹੋ ਜਾਣਾ ਔਖਾ ਹੋ ਜਾਣੇ ਉੱਪਰ ਕਹਿੰਦੇ ਹਮੀਦ ਪੰਡਿਤ ਜੀ ਮੇਰੇ ਵੀਰ ਉਹ ਵੀ ਸਾਡੇ ਦਰਮਿਆਨ ਕਿਹੜੇ ਵਿਖੇ ਧਰਮ ਦੇ ਜਿਹੜੇ ਪੁੱਜ ਰਹੇ ਆ ਰਹੇ ਹੈ ਉਹਨਾਂ ਦਾ ਵੀ ਕਹਿੰਦੇ ਟੂਰਨਾਮੈਂਟ ਦੇ ਵੀ ਵੱਡਾ ਸਹਿਯੋਗ ਹੈ ਹਮੀਦ ਪੰਡਿਤ ਜੀਆਂ ਦਾ ਤੇਰੇ ਬਾਲ ਵੀ ਨਹੀਂ ਆਇਆ ਜੀ ਉੱਠ ਖੜੀ ਸਾਰੀ ਹਨਾ ਮੁੰਡੇ ਦਾ ਛੱਕੇ ਮਾਰ ਨੀ ਭੈੜੇ ਆਓ ਜੀ ਅਗਲਾ ਆਓ ਜੀ ਅਗਲਾ ਸਭ ਤੋਂ ਵੱਧ ਰੀਲਾ ਪਾਉਣਾ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੱਲਦਾ ਹੈ ਸੰਧੂ ਕਹਿੰਦੇ ਨਵਰੇ ਵਾਲਾ ਤੇ ਚਰਚੇ ਵੱਡੇ ਵਾਲਾ ਵੀ ਮਹਾਨ ਰਵਾਡਾ ਆ ਗਿਆ ਰਵਾਡਾ ਭੂਪਾ ਆਇਆ ਹੋਇਆ ਚਰਚੇ ਵੱਡੇ ਪਿੰਡੀ ਵਾਰ ਅਗਲੇ ਮੈਚ ਦੇ ਲਈ
ਕਮਾਲਪੁਰਾਂ ਦੇ ਮੇਰੇ ਵੀ ਸੂਰਪੁਰ ਦੀਆਂ ਟੀਮਾਂ ਜਿਹੜੀਆਂ ਤਿਆਰੀ ਕਰਕੇ ਰੱਖਣਾ ਕਮਾਲਪੁਰੇ ਦਾ ਮੈਚ ਮੇਰੇ ਵੀ ਖੇਡਿਆ ਜਾਣਾ ਹੈ। ਆਹ ਮੇਰੇ ਵੀ ਮੇਰੇ ਰਸੂਲਪੁਰ ਦੀ ਟੀਮ ਦੇ ਨਾਲ ਲਾ ਬੜੀ ਕਹਿੰਦੇ ਬਾਲ ਪਾ ਰਹੇ ਹੈ ਮੇਰਾ ਰੱਬਾ ਤੇ ਗੁਰੀ ਵੀ ਕੈਚ ਕਰਦਾ ਹੈ ਬੱਚੇ ਹੋਰ ਦਾ ਪੰਦਰਾਂ ਜਿਹੜੇ ਵੀਰਾਂ ਨੇ ਗੁਰੂ ਦਾ ਲੰਗਰ ਛਕਣਾ ਹੈ ਪੰਦਰਾਂ ਵੀਹ ਮਿੰਟ ਹੋਰ ਗੁਰੂ ਦਾ ਲੰਗਰ ਜਿਹੜਾ ਛਕਾਇਆ ਜਾਣਾ ਹੈ ਉਸ ਤੋਂ ਬਾਅਦ ਲੰਗਰ ਦੀ ਜਿਹੜੀ ਸਮਾਪਤੀ ਹੋਵੇਗੀ। ਮੈਂ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਗੁਰੂ ਦਾ ਲੰਗਰ ਛਕਣਾ ਹੈ ਪੰਦਰਾਂ ਵੀਹ ਮਿੰਟ ਹੋਰ ਗੁਰੂ ਦਾ ਲੰਗਰ ਜਿਹੜਾ ਛਕਾਇਆ ਜਾਣਾ ਹੈ ਜਿਹੜੇ ਵੀ ਭਰਾਵਾਂ ਨੇ ਲੰਗਰ ਛਕਣਾ ਹੈ ਗੁਰੂ ਦਾ ਲੰਗਰ ਛਕ ਸਕਦੇ ਹੈ। ਬੇਨਤੀ ਹੈ ਸਾਡੀ ਵੀਰਾਂ ਨੂੰ ਜਿਹੜੇ ਭਰਾਵਾਂ ਨੇ ਲੰਗਰ ਛਕਣਾ ਹੈ ਉਹ ਗੁਰੂ ਦਾ ਲੰਗਰ ਛਕ ਸਕਦੇ ਹੈ। ਲਾਲ ਸਾਹਿਬ ਨੇ ਜਿਹੜੇ ਮੈਚ ਬਣਾਇਆ ਸਰੇਲਾ ਹੈ ਲੈ ਵੀ ਜੋਗੇ ਬਾਈ ਕਿੰਨੇ ਮਾਰ ਕੇ ਮੋਰਾਂ ਤੋਂ ਬਾਅਦ ਟੂਰਨਾਮੈਂਟ ਜਸਵੀਰ ਸਿੰਘ ਜੀ ਜ਼ੀਰਾ ਮੇਰੇ ਵੀ ਸਾਡੇ ਦਰਮਿਆਨ ਹੈ ਵਿਸ਼ੇ ਤੌਰ ਤੇ ਦੂਜੇ ਨੇ ਵੀ ਜੋਗਿਆ ਵੱਡੇ ਸਹਿਯੋਗ ਨੇ ਬਹੁਤ ਵੱਡਾ ਮੈਂ ਧੰਨਵਾਦ ਕਰਨਾ ਜਸਵੀਰ ਸਿੰਘ ਜੀ ਜ਼ੀਰਾ ਬਾਈ ਜੀ ਪੁੱਜੇ ਆ ਪਹਿਲਾਂ ਕਹਿੰਦੇ ਇੱਧਰ ਜੱਸੇ ਲੈਫਟੀ ਦੀਆਂ ਪੈ ਰਹੀਆਂ ਨੇ ਤੇ ਸ਼ੇਖਪੁਰੀ ਵਾਲਿਆ ਰਣ ਬਾਹਰੇ ਰਹਿੰਦੇ ਸ਼ੇਖਪੁਰੀ ਵਾਲਿਆ ਰਣ ਤੇ ਬਾਹਰੇ ਰਹਿੰਦੇ ਬਾਲ ਤੋੜਦੇ ਨੇ ਜੱਸਾ ਲੈਫਟੀ ਚਾਂਦਲੀ ਕਹਿੰਦੇ ਤਿਆਰ ਵਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਲਾ ਪੈਂਦੀ ਹੋਈ ਬਾਲ ਆਹ ਸ਼ੇਖਪੁਰੀ ਵਾਲਾ ਟਾਈਆਂ ਤਿਆਰ ਕਰੋ ਜੀ ਟਾਈਆਂ ਤਿਆਰ ਰੱਖੋ ਜੀ ਮੈਚ ਮੁੱਕਣ ਸਾਰ
ਕੁਆਟਰ ਦੀਆਂ ਟਾਈਆਂ ਪੈ ਜਾਣੀਆਂ ਨੇ, ਕੁਆਟਰ ਦੀਆਂ ਟਾਈਆਂ ਜਿਹੜੀਆਂ ਪੈ ਜਾਣੀਆਂ ਨੇ। ਕਿੰਨੇ ਬਣੇ ਆ ਜੀ? ਸਤਾਰਾਂ 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 ਪਹਿਲਾਂ ਤਾਂ 40 ਪਲੱਸ ਰਹੇ, 10 ਬਾਲਾਂ ਹਲੇ ਵੀ 42 10 ਬਾਲਾਂ 7 ਛੱਕੇ ਰਹੇ ਤੇ ਬਾਹਰਲੇ ਆਊਟ ਹੋ ਗਏ। 10 ਬਾਲਾਂ 7 ਛੱਕੇ ਪਰ ਢਲੇਰਾਂ ਵਾਲਿਆਂ ਨੇ ਵੀ ਦੋਈਆਂ ਬ੍ਰੇਕਾਂ ਫੇਲ ਮੈਂ ਘੁਮਾ ਦਈ ਆ ਕਰਦਾ ਵੀ ਦਮ ਰੱਖ ਰਿਹਾ ਕਰੀਏ ਜੀ ਮੈਚ ਨੂੰ। ਮਨੀ ਬਾਲਰ ਨੇਮ ਕੀ ਆ? ਬ੍ਰੇਕਾਂ ਫੇਲ ਮੇਰੇ ਵੀਰੋ, ਇੱਥੋਂ ਦਾ ਕਿੱਦਾਂ ਮੇਰੇ ਵੀਰੋ ਮਨੀ ਲਈ ਜਾ ਰਹੇ ਆ ਮਨੀ ਮਨੀ ਪਹਿਲਾਂ ਬੋਲਦੀਆਂ ਕਦੇ ਐਨ ਕਰਾਵਾ ਦਾ ਲਵੀ ਆ ਲਵੀ ਲਵੀ ਮੈਂ ਕਰਦੇ ਕਿੱਦਾਂ ਕੋਚ ਮੇਰੇ ਵੀਰੋ ਪਹਿਲਾਂ ਬੋਲਦੀਆਂ ਕਦੇ ਕਾਵਾ ਦਾ ਸ਼ਕੀਨ ਇਟਲੀ ਜਾ ਰਹੇ ਸੀ ਉਹਦੇ ਉੱਪਰ ਦੀ ਕਦੇ ਟੀਮ ਹੈ ਜਿੱਥੋਂ ਦੇ ਨੰਬਰਦਾਰ ਦੀ ਚੱਕ ਜਹਾਨ ਦੇ ਵਿੱਚ ਚਰਚਾ ਮੇਰੇ ਵੀਰੋ ਪੈਂਦੀ ਫੇਰ ਬਾਹਰ ਸਾਹਮਣੇ ਮੁੰਡਾ ਤਿਆਰ ਥੱਲੇ ਬੱਲੇ ਬੱਲੇ ਮਨ ਵੀ ਵਾਲਾ ਭਰਾ ਸਾਡਾ ਔਰ ਕਹਿੰਦੇ ਵੱਡੀ ਸਾਉਣ ਲਾਈ ਹੈ ਅੱਜ
ਦੇ ਕਿਤੇ ਖੇਡ ਮੇਲੇ ਤੇ ਆਉਣ ਕਿਤੇ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਵੱਡੀ ਰੌਣਕ ਲੱਗੀ ਹੋਈ ਹੈ। ਰਾਮਪੁਰ ਖੰਨਾ ਦੀ ਕਿਤੇ ਧਰਤੀ ਹੈ। ਕੌਣ ਅੱਜ ਮੇਰੇ ਵੀਰੋ ਕਿਹੜੇ 35,000 ਕੌਣ 25,000 ਤੇ ਕੌਣ 51,000 ਸਾਡੇ ਪਤਾ ਹੈ। ਗੱਲ ਸਮੇਂ ਦੀ ਹੋ ਰਹੀ ਹੈ, ਆਹ ਗੱਲ ਕਿਤੇ ਸਮੇਂ ਦੀ ਹੋ ਰਹੀ ਹੈ। ਰਾਮਪੇ ਦੀ ਹੀਰਾ ਤੇ ਫਿਰ ਤੋਂ ਬਾਅਦ ਜੋਗਾ ਰਾਈਡ ਹੁੰਦੀ ਹੈ। ਕਮਾਲਪੁਰੇ ਦੀ ਬੈਟਿੰਗ ਆ, ਕਮਾਲਪੁਰੇ ਦੀ ਬੈਟਿੰਗ ਆ ਅਗਲੇ ਮੈਚ ਚ ਇੱਕ ਪਤਵੀਰ ਆ ਜੋ ਤੇਰੇ ਤੇ ਹੋਈ ਆ, ਇੱਕ ਜੇਤੂ ਹੋਣੀ ਆ, ਕਾਉਂਟਰ ਦੀਆਂ ਟਾਈਆਂ ਪੈ ਰਹੀਆਂ ਨੇ। ਕਦੀ ਦੀ ਬਲਾਈ ਮੁਲਾਟਰਾਂ ਕਰੀ ਸਾਨੂੰ ਵੀ ਫਿਰ ਕਨੈਕਟ ਕਰਨ ਨੂੰ ਟਾਈਮ ਲੱਗਣਾ, ਆਪਾਂ ਟਾਈਆਂ ਪਾ ਦਈਏ ਇਸੇ ਐਂਡ ਤੇ ਸਾਜੂ ਤੇ ਜਾਣਾ ਦੋ ਪਾਇਆ ਸਵਾਦ ਤੇ ਫੇਰ ਆ ਬਾਈ ਨਾ ਕਾਹ ਨੂੰ ਪਾਈਆਂ ਠੰਡ ਦੇ ਜਾਂਦੇ ਦੋ ਫਿੱਟ ਕਰੋ ਪੁਰਾਣੀ ਜੋਗੀ ਤੇ ਫਿਰ ਟਾਈਆਂ ਲਾਈਵ ਚੱਲਦੀ ਸੀ ਨਾ। ਸਹੀ ਹੈ ਜੀ, ਧੰਨਵਾਦ ਹੈ ਬਤਈ ਵਾਲੇ ਆ ਜੀ ਇੱਕ ਬੰਦਾ ਬਸ ਠੀਕ ਆ ਕਹਿੰਦਾ ਵੀ ਤੁਸੀਂ ਪਾਦੇ ਫਿਰ ਵਾਲੇ ਆ ਕੋਈ ਚੱਕਰ ਨਹੀਂ ਕਹਿੰਦਾ ਕਰਦੇ ਆ ਜੋਗੇ ਜੋਗੇ ਸਨੀ ਦਿੱਤਾ ਬਹੁਤ ਅੱਕਿਆ ਵਾ ਤੂੰ ਹਟ ਜਾ ਮੇਰੇ ਟਾਈਆਂ ਪੈਣ ਲੱਗੀਆਂ ਨੇ ਜੀ ਮਾੜੇ ਮੂਹਰੇ ਕਰਦੇ ਜੇਤੂ ਤੇ ਧਲੇਰ ਕਲਾਂ ਠੀਕ ਆ ਮਾੜੀ ਕਰ ਦੇ ਲੱਕੀ ਆ ਪਲੇਅਰ ਜੇਤੂ ਆ ਜੀ ਮੈਚ ਕਰਿਆ ਹੀ ਹੋਇਆ ਹੈ ਨਾ ਰਸੂਲਪੁਰ ਵਾਲਾ।